ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ। ਦੁਪਹਿਰ ਦੇ 2:30 ਵਜੇ ਦਾ ਟਾਈਮ ਹੋ ਗਿਆ ਵੀਰੇ, ਅਤੇ ਇੱਧਰ ਜਿਹੜੇ ਆਪਣੇ ਛੋਟੇ ਕਟਰੂ ਇਹਨਾਂ ਨੂੰ ਹਰੇ ਪੱਠੇ ਪਾਉਣੇ ਸ਼ੁਰੂ ਕਰਤੇ ਆ। ਤਕਰੀਬਨ ਸਾਰੇ ਇਹ ਪੰਜਾਂ ਮਹੀਨਿਆਂ ਤੋਂ ਉੱਪਰ ਹੋ ਗਏ ਆ, ਅਤੇ ਹਜੇ ਬਹੁਤੇ ਜ਼ਿਆਦਾ ਹਰੇ ਨਹੀਂ ਪਾਉਂਦੇ ਗੇ, ਵਿੱਚ ਤੁਹਾਨੂੰ ਨਜ਼ਰ ਆਉਂਦੇ ਹੋਣਗੇ। ਤੂੜੀ ਥੋੜ੍ਹੀ ਜਿਹੀ ਵੱਧ ਹੁੰਦੀ ਆ ਅਤੇ ਹਰਾ ਘੱਟ ਪਾਉਂਦੇ ਇਹਦੇ ਵਿੱਚ। ਹਰਾ ਘੱਟ ਪਾਉਣ ਦਾ ਕਾਰਨ ਆ ਵੀ ਜਿਹੜੇ ਆਪਣੇ ਕਟਰੂਆਂ ਦੇ ਪੇਟ ਲਮਕਣ ਲੱਗ ਜਾਂਦੇ ਆ, ਜਦੋਂ ਜ਼ਿਆਦਾ ਹਰਾ ਪਾਉਂਦੇ ਆ ਤਾਂ ਪੇਟ ਲਮਕਦੇ ਆਪਣੇ ਕਟਰੂਆਂ ਦੇ, ਤਾਂ ਇੱਧਰ ਤੁਹਾਨੂੰ ਨਜ਼ਰ ਆਉਂਦਾ ਹੋਊਗਾ। ਕਿਸੇ ਵੀ ਬੱਚੇ ਨੇ ਵੀਰੇ ਢਿੱਡ ਨਹੀਂ ਛੱਡਿਆ ਹੋਇਆ, ਅਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਜਿਹੜਾ ਆਪਾਂ ਖਲ ਦਾਣਾ ਪਾਉਂਦੇ ਹਾਂ। ਅਤੇ ਇੱਧਰ ਇੱਕ ਆਪਣੀ ਨੀਲੀ ਮਾਝਾ ਦੀ ਕੱਟੀ ਖੜ੍ਹੀ ਆ, ਲਓ ਜੀ ਸੋਹਣੀ ਗਰੋਥ ਕਰਦੀ ਪਈ ਆ। ਅਤੇ ਅੱਜ ਤੁਹਾਨੂੰ ਸਾਰਾ ਦਿਖਾਉਂਦੇ ਇਹਨਾਂ ਨੂੰ ਕੀ ਫੀਡ ਵਗੈਰਾ ਚੱਲਦੀ ਆ। ਸਭ ਤੋਂ ਪਹਿਲਾਂ ਇੱਧਰ ਕੜਾਹੀ ਦੇ ਵਿੱਚ ਵੀਰੇ ਜਿਹੜਾ ਥੱਲੇ ਦਾਣਾ ਪਿਆ ਇਹ ਵੱਡੇ ਆਪਣੇ ਕਟਰੂਆਂ ਦਾ, ਅਤੇ ਇੱਧਰ ਹੈਗੀ ਆ ਕਾ ਸਟਾਰਟਰ ਫੀਡ ਵੀਰੇ ਗੋਦਰੇਜ ਕੰਪਨੀ ਦੀ, ਇਹ ਆਪਾਂ ਪਾ ਦੇਣੀ ਇਹਨੂੰ ਨੀਲੀ ਵਾਲੀ ਕੱਟੀ ਨੂੰ। ਅਤੇ ਇਹਦੇ ਵਿੱਚ ਮੈਂ ਤੂੜੀ ਦਿਖਾਉਂਦਾ ਤੁਹਾਨੂੰ ਕਿੰਨੀ ਕੁ ਐਡ ਕਰਦੇ ਹਾਂ ਆਪਾਂ। ਆਪਾਂ ਪਹੁੰਚ ਗਏ ਵੀਰੇ ਤੂੜੀ ਵਾਲੇ ਦੇ ਵਿੱਚ ਤੂੜੀ ਲੈਣ ਦੇ ਲਈ, ਤਾਂ ਇਹਦੇ ਵਿੱਚੋਂ ਵੀਰੇ ਇੰਨੀ ਕੁ ਤੂੜੀ ਤੁਸੀਂ ਮੇਰੇ ਹੱਥ 'ਚ ਦੇਖ ਸਕਦੇ ਹਾਂ, ਬਸ ਇੰਨੀ ਕੁ ਤੂੜੀ ਵੀਰੇ ਐਡ ਕਰਾਂਗੇ ਇਹਦੇ ਵਿੱਚ। ਜੇ ਜ਼ਿਆਦਾ ਕਰਦੇ ਹਾਂ ਤਾਂ ਵੀ ਬਾਹਲੀ ਹੋ ਜਾਂਦੀ ਹੈ। ਲਓ ਜੀ ਇਹਨੂੰ ਪਾ ਕੇ ਰਲਾ ਕੇ ਰੱਖ ਦਾਂਗੇ ਆਪਾਂ ਤੂੜੀ ਦੇ ਵਿੱਚ ਸੁਬਹਾ ਤੱਕ, ਨਾਲੇ ਤਾਂ ਇਹਨੇ ਖੀਰ ਖਾ ਲੈਣੀ ਹੈ, ਨਾਲੇ ਤੂੜੀ ਨੂੰ ਮੂੰਹ ਮਾਰ ਲਓਗੀ। ਜ਼ਿਆਦਾ ਤੂੜੀ ਵੀ ਨਹੀਂ ਰਲਾਉਂਦੇ ਗੇ ਵਿੱਚ, ਫਿਰ ਪਸ਼ੂ ਫੀਡ ਨਹੀਂ ਖਾਂਦਾ ਹੈਗਾ, ਤੂੜੀ ਨਾਲ ਹੀ ਰੱਜ ਜਾਂਦਾ। ਅਤੇ ਹਰਾ ਪੱਠਾ ਵੀਰੇ ਇਹਨੂੰ ਜਮ੍ਹਾਂ ਨਹੀਂ ਪਾਉਂਦੇ ਗੇ, ਜਿੰਨਾ ਚਿਰ 5-6 ਮਹੀਨਿਆਂ ਦੀ ਨਾ ਹੋਈ ਉਨਾ ਚਿਰ ਇਹਨੂੰ ਹਰਾ ਪੱਠਾ ਨਹੀਂ ਪਾਉਣਾ ਆਪਾਂ। ਪਹਿਲਾਂ ਇਹਦੀ ਕੜਾਹੀ ਥੱਲੇ ਰੱਖਦੇ ਸੀਗੇ, ਥੱਲੇ ਖਾਂਦੀ ਨਹੀਂ ਸੀਗੀ, ਖੁਰਲੀ ਦੇ ਵਿੱਚ ਮੂੰਹ ਮਾਰ ਲੈਂਦੀ ਹੈ ਦੂਜਿਆਂ ਦੀ ਰੀਸ ਨਾਲ, ਥੱਲੇ ਤਾਂ ਮੂੰਹ ਨਹੀਂ ਲਾਉਂਦੀ ਸੀ, ਥੱਲੇ ਟਾਹੀਆਂ ਰੱਖਦੀਆਂ ਵਾ, ਅਤੇ ਹੁਣ ਖਾ ਲੈਂਦੀ ਹੈ ਖੁਰਲੀ ਦੇ ਵਿੱਚੋਂ। ਅਤੇ ਇੱਧਰ ਜਿਹੜੇ ਆਪਣੇ ਆ ਗਏ ਛੋਟੇ ਕਟਰੂ, ਅਤੇ ਇਹਨਾਂ ਨੂੰ ਵੀਰੇ ਆਪਾਂ ਫੀਡ ਕਰਤੀ ਆ ਬੰਦ, ਜਿਹੜੀ ਬਣੀ ਬਣਾਈ ਆਉਂਦੀ ਆ, ਅਤੇ ਜਿਹੜੀ ਆਪਦਾ ਖਲ ਦਾਣਾ ਬਣਾ ਕੇ ਲਿਆਉਂਦੇ ਆ ਉਹ ਪਾਉਣਾ ਸ਼ੁਰੂ ਕਰਤਾ ਇਹਨਾਂ ਨੂੰ। ਸੋਹਣੀ ਗਰੋਥ ਲੈਂਦੇ ਪਏ ਆ ਇਹ ਦਾਣੇ ਨਾਲ ਵੀ। ਇੱਧਰ ਦੇਖੋ ਵੀਰੇ ਕੜਾਹੀਏ ਅਤੇ ਦੰਦੀਆਂ ਵੱਢਣ ਤੱਕ ਜਾਂਦੀਆਂ, ਅਤੇ ਇਹ ਆਪਣੀ ਆ ਗਈ ਬਲੀ ਵਾਲੀ ਕੱਟੀ, ਅਤੇ ਇੱਧਰ ਆ ਗਈ ਆਪਣੀ 21-035 ਵਾਲੀ ਵੱਛੀ। ਇੱਕ ਦੂਜੀ ਦੇ ਮੂਹਰੋਂ ਖਾਣ ਦੀ ਆਦਤ ਸਾਰੇ ਕਟਰੂਆਂ ਦੀ ਹੀ ਹੁੰਦੀ ਹੈ, ਕਟਰੂਆਂ ਦੀ ਵੀ ਅਤੇ ਵੱਡੀਆਂ ਮੱਝਾਂ ਦੀ ਵੀ, ਇਹ ਤਾਂ ਇਹਨਾਂ ਦੀ ਆਦਤ ਹੀ ਹੁੰਦੀ ਹੈ ਨਾ ਵੀ ਇੱਕ ਦੂਜੀ ਦੇ ਮੂਹਰੇ ਮੂੰਹ ਮਾਰਨਾ ਹੀ ਮਾਰਨਾ। ਇੱਧਰ ਵੀਰੇ ਦੋਨੇ ਕੱਟੇ ਆ ਗਏ, ਕੱਟੇ ਇੱਕ ਪਾਸੇ ਕਰਤੇ ਆ, ਅਤੇ ਵੱਛੀ ਅਤੇ ਕੱਟੀ ਇੱਕ ਪਾਸੇ ਕਰਤੀ ਆ, ਕੌਲਾ ਕੌਲਾ ਨਾਲ ਹੀ ਇਹਨਾਂ ਨੂੰ ਪਾ ਦੇਈਦਾ ਵਾ। ਲਓ ਜੀ ਇਦੋਂ ਬਾਅਦ ਰਹਿ ਗਈਆਂ ਦੋ ਝੋਟੀਆਂ ਆਪਣੀਆਂ। ਇੱਧਰ ਆ ਗਈ ਆ ਵੀਰੇ ਆਪਣੀ ਇਹ ਬਜਰੰਗੀ ਵਾਲੀ, ਬਜਰੰਗੀ ਵਾਲੀ ਅਤੇ SM 354 ਵਾਲੀ, ਇਹਨਾਂ ਨੂੰ ਵੀ ਸੇਮ ਫੀਡ ਚੱਲਦੀ ਹੈ ਜਿਹੜੀ ਆਪਣੀ ਛੋਟੀਆਂ ਕੱਟੀਆਂ ਨੂੰ ਪਾ ਕੇ ਆਉਂਦੀ ਆ, ਸੇਮ ਹੀ ਇਹਨਾਂ ਦੋਨਾਂ ਨੂੰ ਪਾਵਾਂਗੇ ਇਹਦੇ 'ਚੋਂ। ਇਹ ਇਹਨਾਂ ਦੀ ਰਹਿ ਗਈ ਪਿੱਛੇ ਬਸ, ਵਿੱਚੋਂ ਇਹਨਾਂ ਦੋਨਾਂ ਨੂੰ ਪਾ ਦੇਣੀ ਹੈ ਵੀਰੇ ਇਹਦੇ ਵਿੱਚੋਂ। ਅਤੇ ਬਾਕੀ ਜਿਹੜੀ ਰਹਿ ਗਈ ਇੱਧਰ ਆਪਣੀ ਜਿਹੜੀ BN 264 ਵਾਲੀ ਝੋਟੀ ਆ ਇਹਨੂੰ ਪਾ ਦੇਣੀ। ਲਓ ਜੀ ਇੰਨਾ ਕੁ ਖਲ ਦਾਣਾ ਚੱਲਦਾ ਵੀਰੇ ਇਹਨਾਂ ਦਾ, ਅਤੇ ਇਹ ਜਿਹੜੀ ਆਪਣੀ ਬਜਰੰਗੀ ਵਾਲੀ ਸੀ ਇਹਦੇ ਵੀ ਪਤਾ ਨਹੀਂ ਕੀ ਚੱਕਰ ਆ, ਫਲੈਰੀ ਹੋਣੀ ਸ਼ੁਰੂ ਹੋ ਗਈ ਹੈ,
ਕੱਲ੍ਹ ਲਾਇਆ ਸੀਗਾ ਟੀਕਾ, ਇਹਦੇ ਪੈ ਜੂਗਾ ਫਰਕ ਹੁਣ, ਬਾਕੀ ਪਤਾ ਲੱਗ ਜੂ ਰਿਜ਼ਲਟ ਆਉਂਦਾ ਕਿ ਨਹੀਂ। ਨਾਲ ਇਹਦੀ ਬੋਬੀ ਮੈਂ ਜੀ ਐੱਲ ਸ਼ੁਰੂ ਕੀਤੀ ਸੀਗੀ, ਪਹਿਲਾਂ ਟਾਈਮ ਨਹੀਂ ਲੱਗਦਾ ਸੀਗਾ, ਅਤੇ ਇਸ ਤੋਂ ਬਾਅਦ ਫਿਰ ਕੱਲ੍ਹ ਟੀਕਾ ਹੀ ਲਾਤਾ ਇਹਦੇ। ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂ ਕਿੰਨੇ ਕੁ ਟਾਈਮ ਤੱਕ ਫਰਕ ਪੈਂਦਾ। ਬਾਕੀ ਕਾਫੀ ਭਰਾਵਾਂ ਦੇ ਕਮੈਂਟ ਆਉਂਦੇ ਸੀਗੇ, ਕੋਈ ਨਾ ਕੋਈ ਵੀਡੀਓ ਪਾ ਕੇ ਅਪਲੋਡ ਕਰਿਆ ਕਰੋ, ਤਾਂ ਵੀਰੇ ਕੋਸ਼ਿਸ਼ ਕਰਿਆ ਕਰਾਂਗੇ ਹੁਣ ਰੋਜ਼ ਜਾਂ 5-4 ਦਿਨਾਂ ਬਾਅਦ ਇੱਕ ਅੱਧੀ ਵੀਡੀਓ ਅਪਲੋਡ ਕਰ ਦਿਆ ਕਰਾਂਗੇ। ਬਾਕੀ ਜੇਕਰ ਆਪਣੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਹੁੰਦੀਆਂ ਤਾਂ ਵੀਡੀਓ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਬਾਕੀ ਜੇ ਕੋਈ ਭਰਾ ਕਿਸੇ ਤਰ੍ਹਾਂ ਦੀ ਜਾਣਕਾਰੀ ਵਾਲੀ ਵੀਡੀਓ ਬਣਵਾਉਣੀ ਚਾਹੁੰਦਾ ਤਾਂ ਕਮੈਂਟ ਕਰਕੇ ਦੱਸ ਦਿਆ ਕਰੋ, ਜਿੰਨੀ ਕੁ ਨੌਲੇਜ ਪਰਮਾਤਮਾ ਨੇ ਬਖਸ਼ੀ ਆ ਕੋਸ਼ਿਸ਼ ਕਰਿਆ ਕਰਾਂਗੇ ਕਿ ਤੁਹਾਡੇ ਨਾਲ ਸਾਂਝੀ ਕਰੀਏ। ਧੰਨਵਾਦ।